ਸਿੱਖੀ ਤੇ ਸਿੱਖਿਆ ਦਾ ਚਾਨਣ ਵੰਡ ਰਹੀ ਸੰਸਥਾ ਕਲਗੀਧਰ ਟਰੱਸਟ ਪੜੂ ਸਾਹਿਬ ਦੇ ਸੈਕਟਰੀ ਡਾਕਟਰ ਦਵਿੰਦਰ ਸਿੰਘ ਪਿਛਲੇ ਦਿਨੀ ਬੱਚੇ ਪੜਾਓ ਪੰਜਾਬ ਬਚਾਓ ਪ੍ਰੋਗਰਾਮ ਤਹਿਤ ਅਮਰੀਕਾ ਦੇ ਟੂਰ ਦੌਰਾਨ ਐਲਬਨੀ ਨਿਊਯਾਰਕ ਵਿੱਚ ਸਥਿਤ ਬਾਣੀ ਅਤੇ ਅੰਮ੍ਰਿਤ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਸੰਗਤ ਨਾਲ ਬੜੂ ਸਾਹਿਬ ਦੇ ਕੰਮਾਂ ਅਤੇ ਉਪਲਬਧੀਆਂ ਬਾਰੇ ਗੱਲਬਾਤ ਕੀਤੀ ਅਤੇ ਨਾਲ ਹੀ ਸੰਸਥਾ ਉੱਪਰ ਪਏ ਫਾਈਨੈਂਸ਼ੀਅਲ ਸੰਕਟ ਬਾਰੇ ਵੀ ਦੱਸਿਆ। ਸਾਧ ਸੰਗਤ ਜੀ, ਅੱਜ ਤੋਂ ਤਕਰੀਬਨ 110 ਸਾਲ ਪਹਿਲੇ ਸੰਤ ਅਤਰ ਸਿੰਘ ਮਹਾਰਾਜ ਜੀ ਮਸਤੂਆਣੇ ਵਾਲਿਆਂ ਨੇ, ਜੋ ਕਿ ਇਸ ਯੁੱਗ ਦੇ ਸ਼੍ਰੋਮਣੀ ਸੰਤ ਹੋਏ ਹਨ, ਉਹਨਾਂ ਨੇ ਇਹ ਬਚਨ ਕੀਤੇ ਸਨ ਕਿ ਆਉਣ ਵਾਲਾ ਯੁੱਗ ਜੋ ਹੈ ਉਹ ਸਾਇੰਸ ਦਾ ਯੁੱਗ ਹੈ, ਅਤੇ ਜੇ ਅਸੀਂ ਬੱਚਿਆਂ ਨੂੰ ਅਧਿਆਤਮ ਨਾਲ ਨਹੀਂ ਜੋੜਿਆ, ਪਰਮਾਰਥ ਨਾਲ ਨਹੀਂ ਜੋੜਿਆ, ਉਹਨਾਂ ਦੇ ਅੰਦਰ ਪ੍ਰੇਮ ਰਸ ਨਹੀਂ ਪਾਇਆ, ਪਿਆਰ ਨਹੀਂ ਪਾਇਆ, ਤਾਂ ਉਹ ਐਸੀ ਕਾਢਾਂ ਕੱਢਣਗੇ ਜਿਸ ਨਾਲ ਕਿ ਦੁਨੀਆ ਕਈ ਵਾਰੀ ਨਸ਼ਟ ਹੋ ਜਾਏਗੀ। ਅਸੀਂ ਦੇਖਿਆ ਕਿ 50 ਸਾਲਾਂ ਬਾਅਦ ਐਟਮ ਬੰਬ ਫਟਿਆ ਹੀਰੋਸ਼ਿਮਾ ਨਾਗਾਸਾਕੀ ਵਿੱਚ, ਬਹੁਤ ਤਬਾਹੀ ਹੋਈ। ਨਾਲ ਹੀ ਸੰਤਾਂ ਦੇ ਬਚਨ ਹੋਏ ਕਿ ਹਿਮਾਲਿਆ ਪਰਬਤ ਵਿੱਚ ਇੱਕ ਐਸਾ ਸਥਾਨ ਹੈ ਜਿੱਥੋਂ ਕਿ ਬੱਚੇ ਬੱਚੀਆਂ ਦੁਨਿਆਵੀ ਅਤੇ ਅਧਿਆਤਮਿਕ ਵਿੱਦਿਆ ਲੈ ਕੇ ਪੂਰੀ ਦੁਨੀਆ ਵਿੱਚ ਜਾਣਗੇ, ਅਤੇ ਗੁਰੂ ਨਾਨਕ ਦਾ ਜੋ ਮੈਸੇਜ ਹੈ ਸ਼ਾਂਤੀ ਦਾ, ਪੀਸ ਦਾ, ਸਪਿਰਚੁਅਲ ਬ੍ਰਦਰਹੁੱਡ ਦਾ, ਉਹ ਸਾਰੀ ਦੁਨੀਆ ਵਿੱਚ ਦੇਣਗੇ। ਸੰਤ ਜੀ ਮਹਾਰਾਜ ਆਪ ਕਿਸੇ ਫੋਰਮਲ ਐਜੂਕੇਸ਼ਨ ਸਿਸਟਮ ਵਿੱਚ ਨਹੀਂ ਸੀ ਗਏ, ਉਹਨਾਂ ਦੀ ਟੋਟਲ ਜੋ ਦੁਨਿਆਵੀ ਵਿੱਦਿਆ ਜੋ ਉਹਨਾਂ ਨੂੰ ਸੀ, ਉਹਨਾਂ ਨੇ ਗੁਰਮੁਖੀ ਦਾ ਅਕਸ਼ਰ ਗਿਆਨ ਸਿੱਖਿਆ ਸੀ ਆਪਣੇ ਪਿੰਡ ਚੀਮਾ ਪਿੰਡ ਦੇ ਨਿਰਮਲਿਆਂ ਦੇ ਡੇਰੇ ਤੋਂ, ਪਰ ਉਹਨਾਂ ਦੀ ਸੋਚ ਇਤਨੀ ਕਲੀਅਰ ਸੀ, ਇਤ ਵਿਜ਼ਨ ਇਤਨੀ ਕਲੀਅਰ ਸੀ ਕਿ ਬੱਚਿਆਂ ਨੂੰ ਐਜੂਕੇਸ਼ਨ ਦੇਣਾ ਬਹੁਤ ਜ਼ਰੂਰੀ ਹੈ, ਵਿਸ਼ੇਸ਼ ਤੌਰ 'ਤੇ ਬੱਚਿਆਂ ਨੂੰ। ਇਸ ਵਿਜ਼ਨ ਦੇ ਅੰਤਰਗਤ ਉਹਨਾਂ ਨੇ 1906 ਵਿੱਚ ਪਹਿਲਾ ਸਕੂਲ ਮਸਤੂਆਣੇ ਵਿਖੇ ਲੜਕੀਆਂ ਦਾ ਸਕੂਲ ਖੋਲ੍ਹਿਆ। ਸਭ ਤੋਂ ਰਿਮੋਟ ਜੋ ਇਲਾਕਾ ਹੈ, ਪਿਛੜਿਆ ਇਲਾਕਾ ਜੋ ਪੰਜਾਬ ਦਾ, ਅੱਜ ਵੀ ਉਹ ਮਾਲਵੇ ਦਾ ਇਲਾਕਾ ਹੀ ਹੈ, ਸੋ ਉਸ ਇਲਾਕੇ ਵਿੱਚ ਸੰਤਾਂ ਨੇ ਇਹ ਸਕੂਲ ਖੋਲ੍ਹਿਆ ਲੜਕੀਆਂ ਵਾਸਤੇ। ਪਹਿਲਾਂ ਲੜਕੀਆਂ ਦਾ ਖੋਲ੍ਹਿਆ, ਫਿਰ ਲੜਕਿਆਂ ਦਾ ਖੋਲ੍ਹਿਆ, ਉਸ ਤੋਂ ਉਪਰੰਤ ਕਾਲਜ ਵੀ ਖੋਲ੍ਹਿਆ, ਉੱਥੇ ਬਿਲਡਿੰਗਾਂ ਬਣਾਈਆਂ ਕਾਲਜ ਦੀਆਂ, ਹੋਸਟਲ ਬਣਾਏ, ਅਤੇ ਜਿਹੜੇ ਵੀ ਸੰਤ ਮਹਾਂਪੁਰਸ਼ ਉੱਥੇ ਆਉਂਦੇ ਸੀ ਤਾਂ ਪੁੱਛਦੇ ਸੀ ਕਿ ਠਾਕੁਰ ਜੀ ਇਹ ਆਪਣੇ ਕਿਆ ਕੀਆ, ਕਿ ਇਹ ਭਵਨ ਜੋ ਬੱਚੋਂ ਕੇ ਰਹਿਣੇ ਕੇ ਇਹ ਬੜੇ ਬਣਾਏ ਹੈ, ਔਰ ਜੋ ਗੁਰੂ ਘਰ ਹੈ ਉਹ ਛੋਟਾ ਬਣਾਇਆ। ਸੰਤ ਜੀ ਮਹਾਰਾਜ ਕਹਿਣ ਲੱਗੇ ਬੜੇ ਨਮਤਾ ਨਾਲ ਕਿ ਇਨ ਭਵਨਾਂ 'ਚੋਂ ਗੁਰੂ ਘਰ ਜਾਣ ਵਾਸਤੇ ਬੱਚੇ ਪੈਦਾ ਹੋਣਗੇ, ਬੱਚੇ ਨਿਕਲਣਗੇ। ਸਾਧ ਸੰਗਤ ਜੀ, ਇਹ ਸਾਨੂੰ ਕੌਮ ਨੂੰ ਸਾਡੇ ਫਿਊਚਰ ਜਨਰੇਸ਼ਨ ਵਾਸਤੇ ਸੇਧ ਦੇ ਗਏ ਸੀ ਕਿ ਐਜੂਕੇਸ਼ਨ ਕਿਤਨੀ ਜ਼ਿਆਦਾ ਜ਼ਰੂਰੀ ਹੈ। ਸਾਡਾ ਜੋ ਬੇਸਿਕ ਮਾਡਲ ਹੈ ਸਕੂਲ ਇਸਟੈਬਲਿਸ਼ ਕਰਨ ਦਾ, ਉਹ ਇਹ ਸੀਗਾ ਕਿ ਅਸੀਂ ਜਿੱਥੇ ਵੀ ਸਕੂਲ ਇਸਟੈਬਲਿਸ਼ ਕਰਦੇ ਸੀ, ਪਹਿਲਾਂ ਤਾਂ ਸੰਗਤ ਦੇ ਉਪਰਾਲੇ ਹੇਠ, ਜਿਸ ਸੰਗਤ ਸਾਨੂੰ ਜਿੱਥੇ ਹੁਕਮ ਕਰਦੀ ਸੀ ਉੱਥੇ ਹੀ ਸਕੂਲ ਅਸੀਂ ਇਸਟੈਬਲਿਸ਼ ਕਰਦੇ ਸੀ। ਅਤੇ ਇਨੀਸ਼ੀਅਲੀ ਵੀ ਵੁੱਡ ਸਟਾਰਟ ਦ ਸਕੂਲ ਅਪ ਟੂ ਗ੍ਰੇਡ 2, ਉਸ ਤੋਂ ਬਾਅਦ ਹਰ ਸਾਲ ਇੱਕ ਇੱਕ ਕਲਾਸ ਐਡ ਕਰਦੇ ਚਲੇ ਜਾਂਦੇ ਸੀ, ਜਾਂ 400 ਬੱਚੇ ਸਕੂਲ 'ਚ ਹੋ ਜਾਂਦੇ ਸੀਗੇ 2-3 ਸਾਲਾਂ ਤੱਕ, ਅਤੇ ਸਕੂਲ ਆਪਣੇ ਖਰਚੇ ਆਪ ਸਪੋਰਟ ਕਰ ਲੈਂਦਾ। 600 ਬੱਚੇ ਹੋ ਜਾਂਦੇ ਹਨ ਅਤੇ ਉਹ ਆਪਣੀ ਕੰਸਟਰਕਸ਼ਨ ਵੀ ਮੀਟ ਕਰ ਲੈਂਦਾ, ਹਰ ਸਾਲ 5-6 ਕਮਰੇ ਬਣਾਉਣੇ ਪੈਂਦੇ ਹਨ। ਅਤੇ ਜਦ ਉਸ ਤੋਂ ਉੱਪਰ 800 ਬੱਚਿਆਂ 'ਤੇ ਉਹ ਇੱਕ ਐਡਜੋਇਨਿੰਗ ਅਕੈਡਮੀ ਨੂੰ ਵੀ ਉਸਦੀ ਕੰਸਟਰਕਸ਼ਨ ਸਪੋਰਟ ਕਰਦਾ ਹੈ। ਸੋ ਹੌਲੇ ਹੌਲੇ ਅਸੀਂ ਸਕੂਲ ਖੋਲ੍ਹਦੇ ਚਲੇ ਗਏ। 1993 ਤੋਂ ਲੈ ਕੇ 2007 ਤੱਕ ਅਸੀਂ ਤਕਰੀਬਨ 17 ਸਕੂਲ ਖੋਲ੍ਹ ਲਏ। ਇਸ ਦੌਰਾਨ ਦਿਸ ਵਾਜ਼ ਦ ਪੀਰੀਅਡ ਜਦਕਿ ਸਾਡਾ ਯੂਥ ਬੜੀ ਤੇਜ਼ੀ ਨਾਲ ਨਸ਼ੇ ਵੱਲ ਜਾ ਰਿਹਾ ਸੀ, ਸਕੂਲ ਡਰੋਪ ਆਊਟਸ ਬੱਚੇ ਹੋ ਰਹੇ ਸੀ, ਜਿਹੜਾ ਸਾਡੀ ਕਮਿਊਨਿਟੀ ਹੈ ਕ੍ਰਾਈਸਿਸ ਵੱਲ ਦੌੜ ਰਹੀ ਸੀ। ਸਾਡੀ ਜੋ ਇਸ ਟਾਈਮ ਨੀਡ ਹੈ, ਸਾਡੇ ਸਾਰੇ ਸਕੂਲ ਜਿਹੜੇ ਅਸੀਂ 2013 ਸ਼ੁਰੂ ਕੀਤੇ ਸੀ ਕਿ ਸੈਕਿੰਡ ਥਰਡ ਕਲਾਸ ਤੱਕ, ਉਹ ਹੁਣ 8ਵੀਂ 9ਵੀਂ ਤੱਕ ਪਹੁੰਚ ਗਈਆਂ। ਅਸੀਂ ਹੁਣ ਐਫੀਲੀਏਸ਼ਨਸ ਕਰਾਉਣੀਆਂ ਹਨ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨਾਲ, ਅਤੇ ਉਹ ਜਿਹੜਾ ਉਹਨਾਂ ਦੇ ਵਾਸਤੇ ਸਾਨੂੰ ਇਕੱਠਾ ਹੋਣ ਬਹੁਤ ਸਾਰਾ ਪੈਸਾ ਚਾਹੀਦਾ, ਕਿ ਉਹ ਜਦ ਅਸੀਂ ਐਫੀਲੀਏਸ਼ਨ ਕਰਾਉਣੀ ਹੁੰਦੀ ਹੈ ਤਾਂ ਤਕਰੀਬਨ ਇੱਕ ਸਕੂਲ ਦਾ ਸਾਰੀ ਲੈਬੋਰੇਟਰੀ ਬਣਾਉਣੀਆਂ, ਉਹਨਾਂ ਦੀ ਨੀਡ ਕਰਨੀ, ਮੀਟ ਕਰਨੀ ਨੀਡਸ ਐਫੀਲੀਏਸ਼ਨ ਦੇ ਜੋ ਸਟੈਂਡਰਡਸ ਹਨ, ਅਤੇ ਤਕਰੀਬਨ ਇੱਕ ਸਕੂਲ ਵਾਸਤੇ ਤਕਰੀਬਨ ਸਾਨੂੰ 70-80 ਲੱਖ ਰੁਪਇਆ ਖਰਚ ਹੋ ਜਾਂਦਾ ਹੈ ਐਫੀਲੀਏਸ਼ਨ ਕਰਾਉਣ ਵਿੱਚ। ਸੋ ਨਾਓ ਵੀ ਆਰ ਐਟ ਅਵਰ ਟੈਂਟਰ ਹੁੱਕਸ ਕਿ ਕਿਸ ਤਰ੍ਹਾਂ ਅਸੀਂ ਉਹ ਐਫੀਲੀਏਸ਼ਨ ਕਰਾਵਾਂਗੇ। ਪਿੱਛੇ ਤਾਂ ਅਸੀਂ ਕਿਸੇ ਤਰ੍ਹਾਂ ਗੁਜ਼ਾਰਾ ਕਰਕੇ ਵੱਡੇ ਰੂਮ ਛੋਟਾ ਕਰਕੇ ਕਲਾਸਾਂ ਕਰਦੇ ਚਲੇ ਗਏ, ਪਰ ਹੁਣ ਸਮਾਂ ਆ ਗਿਆ ਜਿੱਥੇ ਕਿ ਅਸੀਂ ਉਹ ਬਿਲਡਿੰਗਾਂ ਵੀ ਬਣਾਉਣੀਆਂ ਜ਼ਰੂਰੀ ਹਨ, ਅਤੇ ਨਾ ਕਿ ਐਫੀਲੀਏਸ਼ਨ ਵੀ ਹੋ ਜਾਏ। ਅਤੇ ਅਸੀਂ ਸਾਡੇ ਫਿਰ ਮੰਚ ਬਾਬਾ ਜੀ ਨੇ ਇਹ ਆਦੇਸ਼ ਦਿੱਤਾ ਕਿ ਵੀ ਇੱਕ ਵਾਰੀ ਫਿਰ ਕਮਾ ਕਰ ਸਾਹਿਬ ਜਾਓ, ਅਮਰੀਕਾ ਦੀ ਸੰਗਤ ਨੇ ਪਹਿਲਾਂ ਵੀ ਬੜੀ ਮਦਦ ਕੀਤੀ ਹੈ, ਇਸ ਵਾਰੀ ਜਾ ਕੇ ਫਿਰ ਜਾ ਕੇ ਇੱਕ ਵਾਰੀ ਅਸੀਂ
ਇਹ ਭਿਖਾਰੀ ਬਣ ਕੇ ਜਾਈਏ ਅਤੇ ਸੰਗਤ ਦੇ ਅੱਗੇ ਹੱਥ ਜੋੜੀਏ ਕਿ ਵੀ ਇਹ ਜੋ ਪੰਥ ਦਾ ਕਰਜ਼ਾ ਹੈ ਇਹ ਕਿਸੇ ਦਾ ਇੰਡੀਵਿਜੁਅਲ ਦਾ ਕਰਜ਼ਾ ਨਹੀਂ ਹੈ, ਪੂਰੇ ਪੰਥ ਦਾ ਕਰਜ਼ਾ ਹੈ। ਸਾਰੇ ਅਸੀਂ ਜੇ ਮਿਲ ਜੁਲ ਕੇ ਜੇ ਹੱਲਾ ਮਾਰਾਂਗੇ ਅਤੇ ਇਹ $7 million ਦੇ ਕਰੀਬ ਹੈ। ਇਤਨੀ ਵੱਡੀ ਸਿੱਖ ਸੰਗਤ ਹੈ USA ਵਿੱਚ, ਜੇ 7,000 ਪਰਿਵਾਰ ਵੀ $1,000 ਕੰਟਰੀਬਿਊਟ ਕਰ ਦੇਣ ਅਤੇ ਇਸ ਸਾਲ ਅਸੀਂ ਇਹ ਜੋ ਟਾਰਗੇਟ ਹੈ ਕਿ ਅਸੀਂ ਇਹ ਲੋਨ ਖਤਮ ਕਰ ਦਈਏ ਤਾਂ ਕਿ ਅਸੀਂ ਸਟੇਟ ਅਵੇ ₹7 crore $1 million ਵੀ ਸੇਵ, ਵਿਚ ਸ਼ੁੱਡ ਬੀ ਇਨਫ ਟੂ ਲੁੱਕ ਆਫਟਰ ਅਵਰ ਕੰਸਟਰਕਸ਼ਨ ਨੀਡਸ ਫੋਰ ਦਾ ਇਮੀਡੀਏਟ ਫਿਊਚਰ। ਸੋ ਦਾਸ ਇਹੀ ਬੇਨਤੀ ਲੈ ਕੇ ਇੱਥੇ ਆਇਆ ਸੀ ਇਸ ਦੌਰੇ 'ਤੇ। ਬਹੁਤ ਦਾਸ ਨੂੰ ਇਨਕਰੇਜਮੈਂਟ ਹੋਈ ਹੈ, ਸੰਗਤਾਂ ਨੇ ਇਹ ਬੜੇ ਐਪਰੀਸ਼ੀਏਟ ਕਰਦੇ ਹਾਂ ਅਸੀਂ ਕਿ ਉਹਨਾਂ ਨੇ ਸਾਰਾ ਸਾਡੀ ਪ੍ਰੋਬਲਮ ਉਹ ਅੰਡਰਸਟੈਂਡ ਕੀਤੀ ਹੈ ਔਰ ਬਹੁਤ ਇਨਕਰੇਜਿੰਗਲੀ ਰਿਸਪੋਂਡ ਕੀਤਾ ਹੈ ਕਿ ਬਈ ਇਹ ਸਾਨੂੰ ਇੱਦਾਂ ਫੀਲਿੰਗ ਹੋ ਰਹੀ ਹੈ ਕਿ ਸੰਗਤ ਹੁਣ ਸਮਝ ਰਹੀ ਹੈ ਕਿ ਇਹ ਕਰਜ਼ਾ ਕਲਗੀਧਰ ਟਰੱਸਟ ਦਾ ਕਰਜ਼ਾ ਨਹੀਂ ਹੈ, ਬਾਬਾ ਇਕਬਾਲ ਸਿੰਘ ਦਾ ਕਰਜ਼ਾ ਨਹੀਂ ਹੈ, ਇਹ ਕਰਜ਼ਾ ਪੂਰੇ ਪੰਥ ਦਾ ਹੈ। ਅਤੇ ਜੋ ਇਸ ਟਾਈਮ ਨੀਡ ਹੈ ਉਸ ਵਾਸਤੇ ਬੜੇ ਲੋਕ ਸੰਗਤ ਬੜੇ ਪ੍ਰੇਮ ਨਾਲ ਕੰਟਰੀਬਿਊਟ ਕਰ ਰਹੀ ਹੈ। ਡਾਕਟਰ ਦਵਿੰਦਰ ਸਿੰਘ ਜੀ ਨੇ ਜਿੱਥੇ ਇੱਕ ਪਾਸੇ ਸੰਸਥਾ ਦੇ ਕੰਮਾਂ ਤੇ ਹੋਣਹਾਰ ਬੱਚਿਆਂ ਦੀਆਂ ਉਪਲਬਧੀਆਂ ਬਾਰੇ ਦੱਸਿਆ, ਉੱਥੇ ਨਾਲ ਹੀ ਸੰਗਤ ਨੂੰ ਬੜੂ ਸਾਹਿਬ ਨੂੰ ਡੈਟ ਫ੍ਰੀ ਬਣਾਉਣ ਵਿੱਚ ਮਦਦ ਕਰਨ ਦੀ ਵੀ ਅਪੀਲ ਕੀਤੀ। ਜਿਹੜੇ ਸਾਡੇ ਇਹ ਸਕੂਲ ਹਨ ਯਹੂਦੀਆਂ ਦੀ ਤਰ੍ਹਾਂ, ਅਸੀਂ ਵੀ ਇਹ ਟੀਚਾ ਕਰ ਲਿਆ ਕਿ ਅਸੀਂ ਵੀ ਐਕਸਲੈਂਸ ਵੱਲ ਲੈ ਕੇ ਜਾਣਾ ਐਜੂਕੇਸ਼ਨ ਨੂੰ। ਪਿਛਲੇ ਜੋ ਹੁਣ ਸੈਂਟਰਲ ਬੋਰਡ ਆਫ ਸੈਕੰਡਰੀ ਐਗਜ਼ਾਮੀਨੇਸ਼ਨ ਦੇ ਮਾਰਚ ਵਿੱਚ ਐਗਜ਼ਾਮ ਹੋਏ ਸੀ, ਉਸ ਵਿੱਚ ਸਾਡੇ ਹੁਣ ਇਸ ਟਾਈਮ 24 ਡਿਸਟ੍ਰਿਕਟ ਪੰਜਾਬ 'ਚੋਂ 15 ਜ਼ਿਲ੍ਹਿਆਂ ਵਿੱਚ ਸਾਡੇ ਸਕੂਲ 10ਵੀਂ ਕਲਾਸ ਤੱਕ ਪਹੁੰਚ ਰਹੇ ਹਨ ਔਰ ਇਨ 15 ਜ਼ਿਲ੍ਹਿਆਂ 'ਚੋਂ 12 ਜ਼ਿਲ੍ਹਿਆਂ ਵਿੱਚ ਇਨ 12 ਡਿਸਟ੍ਰਿਕਟਸ ਦ ਐਨ ਅਕਾਲ ਅਕੈਡਮੀ ਸਕੋਲਰ ਗੋਟ ਦ ਫਸਟ ਸੈਕਿੰਡ ਔਰ ਥਰਡ ਪੋਜੀਸ਼ਨ ਇਨ ਦ ਐਂਟਾਇਰ ਡਿਸਟ੍ਰਿਕਟ। ਸਾਡੇ ਪਿੰਡਾਂ ਦੇ ਬੱਚਿਆਂ ਨੇ ਜਿਨ੍ਹਾਂ ਦੇ ਪੇਰੈਂਟਸ ਕਾਫੀਆਂ ਦੇ ਅਨਪੜ੍ਹ ਹਨ ਜਾਂ ਉਹਨਾਂ ਨੂੰ ਅਕੈਡਮਿਕ ਸਪੋਰਟ ਘਰ ਵਿੱਚ ਬਿਲਕੁਲ ਨਹੀਂ ਦੇ ਸਕਦੇ, ਉਹਨਾਂ ਬੱਚਿਆਂ ਨੇ ਸ਼ਹਿਰ ਦੇ ਪੜ੍ਹੇ ਲਿਖਿਆ ਮਾਂ ਪਿਓ ਦੇ ਬੱਚਿਆਂ ਨੂੰ ਆਊਟਕਲਾਸ ਕੀਤਾ ਹੈ। ਸੋ ਸਾਧ ਸੰਗਤ ਜੀ, ਦਾਸ ਹੱਥ ਬੰਨ੍ਹ ਕੇ ਇਹੀ ਬੇਨਤੀ ਕਰਦਾ ਹੈ ਕਿ ਅਸੀਂ ਇਸ ਪ੍ਰੋਜੈਕਟ ਵਿੱਚ ਨੂੰ ਆਪਣਾ ਪ੍ਰੋਜੈਕਟ ਸਮਝੀਏ, ਇਹ ਨਾ ਸੋਚੀਏ ਕਿ ਕਲਗੀਧਰ ਟਰੱਸਟ ਇਹ ਕੰਮ ਕਰ ਰਿਹਾ ਹੈ, ਇਹ ਪੰਥ ਦਾ ਕਾਰਜ ਹੈ, ਕਿਸੇ ਦਾ ਕੋਈ ਨਿੱਜੀ ਇਸ ਵਿੱਚ ਕੋਈ ਓਬਜੈਕਟਿਵ ਨਹੀਂ ਹੈ, ਕੋਈ ਹੋਰ ਕੁਛ ਕਿਸੇ ਨੇ ਸੋਚ ਨਹੀਂ ਹੈ, ਕੋਈ ਐਗਰਡਾਈਜ਼ਮੈਂਟ ਦਾ ਰੋਲ ਨਹੀਂ ਹੈ, ਕੋਈ ਪੋਲੀਟੀਕਲ ਏਜੰਡਾ ਨਹੀਂ ਹੈ, ਸਿਰਫ ਇਸੀ ਇੱਕੋ ਹੀ ਖਿੱਚ ਹੈ ਕਿ ਅਸੀਂ ਬੱਚੇ ਸੰਭਾਲ ਲਈਏ। ਬਹੁਤ ਤੇਜ਼ੀ ਨਾਲ ਸਾਡੇ ਬੱਚੇ ਡਰੋਪ ਆਊਟਸ ਹੋ ਰਹੇ ਹਨ, ਲੜਕੇ ਤਾਂ ਹੁਣ ਪੰਜਾਬ ਵਿੱਚ ਪਿੰਡਾਂ ਵਿੱਚ ਪੜ੍ਹਨਾ ਹੀ ਉਹਨੇ ਬੰਦ ਕੀਤਾ ਹੋਇਆ ਹੈ, ਵਿਰਲਾ ਹੀ ਬੱਚਾ ਹੁੰਦਾ ਜਿਹੜਾ ਕਿ 10ਵੀਂ ਤੋਂ ਬਾਅਦ ਅੱਗੇ ਪੜ੍ਹਦਾ ਹੈ, ਲੜਕੀਆਂ ਫਿਰ ਵੀ ਪੜ੍ਹ ਰਹੀਆਂ ਹਨ। ਸੋ ਸਾਧ ਸੰਗਤ ਜੀ, ਇਹੀ ਦਾਸ ਦੀ ਹੱਥ ਬੰਨ੍ਹ ਕੇ ਬੇਨਤੀ ਸੀ ਕਿ ਅਸੀਂ ਇਹ ਉਪਰਾਲਾ ਜੋ ਚੱਲ ਰਿਹਾ ਕਲਗੀਧਰ ਟਰੱਸਟ ਵੱਲੋਂ ਬਾਬਾ ਇਕਬਾਲ ਸਿੰਘ ਜੀ ਵੱਲੋਂ, ਅਸੀਂ ਇਸ ਨੂੰ ਆਪਣਾ ਪ੍ਰੋਜੈਕਟ ਸਮਝ ਲਈਏ ਅਤੇ ਜੇ ਅਸੀਂ ਸਾਰੇ ਲਾਈਕ ਮਾਈਂਡਡ ਲੋਕ ਇਕੱਠੇ ਹੋ ਕੇ ਅਸੀਂ ਇਹ ਕਰਜ਼ਾ ਇਸ ਸਾਲ 'ਚ ਉਤਾਰ ਦੇਵਾਂਗੇ ਅਤੇ ਜੋ ਸਾਨੂੰ ਇਸ ਟਾਈਮ ਫਾਈਨੈਂਸ਼ੀਅਲ ਇਨਸਿਕਿਉਰਿਟੀ ਹੋ ਰਹੀ ਹੈ ਔਰਗਨਾਈਜੇਸ਼ਨ ਨੂੰ, ਬੜੀ ਵੱਡੀ ਵਿਸ਼ਾਲ ਔਰਗਨਾਈਜੇਸ਼ਨ ਇਹ ਬਣ ਗਈ ਹੈ ਅਤੇ ਸਿੱਖ ਪੰਥ ਦੀ ਔਰਗਨਾਈਜੇਸ਼ਨ ਹੈ, ਇਸ ਵਿੱਚ ਫਾਈਨੈਂਸ਼ੀਅਲ ਇਨਸਿਕਿਉਰਿਟੀ ਹੋਣਾ ਵੈਸੇ ਸਮਝ ਨਹੀਂ ਆਉਂਦਾ, ਜਿੱਥੇ ਇਤਨੇ ਚੜ੍ਹਦੀ ਕਲਾ 'ਚ ਸਿੱਖ ਬੈਠੇ ਹੋਏ ਸਾਰੀ ਦੁਨੀਆ ਵਿੱਚ, ਜੇ ਅਸੀਂ ਇੱਕ ਇਸ ਨੂੰ ਬਸ ਸਮਝ ਲਈਏ ਕਿ ਸਾਡਾ ਪ੍ਰੋਜੈਕਟ ਹੈ, ਅਸੀਂ ਇਸ ਨੂੰ ਬਾਹਰ ਕੱਢਣਾ, ਕਿਉਂਕਿ ਇਫ ਯੂ ਜਸਟ ਥਿੰਕ ਡੀਪਲੀ ਸਾਡੇ ਬੱਚੇ ਸਾਰੇ ਪਿੰਡਾਂ ਦੇ ਹਨ ਔਰ ਪਿੰਡਾਂ ਵਿੱਚ ਇਕਨੋਮਿਕ ਰਿਸੋਰਸਿਸ ਬੜੇ ਲਿਮਿਟਿਡ ਹੈ, ਨਾਲ ਹੀ ਦੇ ਆਰ ਡਿਪੈਂਡ ਔਨ ਐਗਰੀਕਲਚਰ ਵਿਚ ਇਜ਼ ਨੋਟ ਇਨਸ਼ੋਰਡ। ਸੋ ਜਰਾ ਵੀ ਜੇ ਕੋਈ ਸਮੱਸਿਆ ਆਉਂਦੀ ਹੈ, ਸੁੱਕਾ ਪੈ ਗਿਆ, ਬਾੜ ਆ ਗਈ ਅਤੇ ਦੇ ਆਰ ਅਨਏਬਲ ਟੂ ਪੇ ਫੀ। ਹੁਣ ਪਿੱਛੇ ਹੀ ਇਸ ਸਾਲ ਬਾੜ ਆ ਗਈ ਸੀ ਪੰਜਾਬ ਵਿੱਚ 4 ਜ਼ਿਲ੍ਹਿਆਂ ਵਿੱਚ, ਸੋ ਇਨ 70-18 ਸਕੂਲਸ ਵੀ ਕੁੱਡ ਨੋਟ ਈਵਨ ਆਸਕ ਫਾਰ ਦਾ ਸੈਕਿੰਡ ਇੰਸਟਾਲਮੈਂਟ ਆਫ ਦਾ ਸਕੂਲ ਫੀ, ਕਿਉਂਕਿ ਵਿਚਾਰਿਆਂ ਕੋਲ ਖਾਣ ਨੂੰ ਰੋਟੀ ਨਹੀਂ ਸੀ, ਅਸੀਂ ਕਿਸ ਮੂੰਹ ਅਸੀਂ ਉਹਨਾਂ ਤੋਂ ਫੀਸ ਮੰਗਦੇ। ਸੋ ਸਾਧ ਸੰਗਤ ਜੀ, ਇਹ ਸਾਰੀਆਂ ਬੇਨਤੀਆਂ ਹਨ, ਆਪ ਜੀ ਇਸ ਤੋਂ ਸਮਝੋ ਕਿ ਇਸ ਤੁਹਾਡੇ ਸਾਰਿਆਂ ਦਾ ਪ੍ਰੋਜੈਕਟ ਹੈ, ਤਾਂ ਕਿ ਮਿਲ ਜੁਲ ਕੇ ਇਸ ਨੂੰ ਅਸੀਂ ਜੇ ਇਹ ਕਰਜ਼ਾ ਅਸੀਂ ਇਸ ਸਾਲ ਉਤਾਰ ਦਈਏ ਤਾਂ ਅਸੀਂ ਫਿਰ ਜੋ ਸਾਡੀ ਇਸ ਟਾਈਮ ਇਨਸਿਕਿਉਰਿਟੀ ਫੀਲ ਕਰ ਰਹੇ ਹਾਂ ਉਹ ਸਾਡੀ ਦੂਰ ਹੋ ਜਾਏਗੀ। ਇੰਨਾ ਕਹਿੰਦਾ ਹੋਇਆ ਦਾਸ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਕਿ ਖਾਸ ਤੌਰ 'ਤੇ ਬਾਣੀ ਭੈਣ ਜੀ ਦਾ, ਵੀਰ ਜੀ ਦਾ, ਜਿਨ੍ਹਾਂ ਨੇ ਇਹ ਸਾਰਾ ਇਕੱਠ ਕੀਤਾ ਹੈ ਔਰ ਸਾਰੀ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਕੁਲਚੁਕ ਦੀ ਖਿਮਾ ਦਿਓ ਸੱਜਣ ਅਸੀਂ ਸੜੀਆ, ਜੋ ਹੋਵੇ ਸਾਹਿਬ ਸਿਉ ਮੇਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿੱਖਿਆ ਤੇ ਸਿੱਖੀ ਦਾ ਸੋਮਾ ਬਣੀ ਸੰਸਥਾ ਕਲਗੀਧਰ ਟਰੱਸਟ ਪੜੋ ਸਾਹਿਬ ਨਾਲ ਜੋ ਵੀ ਸੰਗਤ ਜੁੜਦੀ ਹੈ ਉਹਨਾਂ ਦਾ ਸੰਸਥਾ ਨਾਲ ਸਾਥ ਸਦੀਵੀ ਹੋ ਜਾਂਦਾ ਹੈ ਤੇ ਫਿਰ ਸਦੀਵੀ ਸਾਥ ਦਾ ਤਜਰਬਾ ਕੁਝ ਇਸ ਤਰ੍ਹਾਂ ਸਾਂਝਾ ਹੁੰਦਾ ਹੈ। ਜਦੋਂ ਬਾਬਾ ਜੀ ਨਾਲ ਮੇਨ ਡਿਸਕਸ਼ਨ ਸਾਡੀ ਹੋਈ ਬੜੂ ਸਾਹਿਬ ਦੇ ਪ੍ਰੋਜੈਕਟ ਵਿੱਚ, ਮੈਂ ਉਸ ਵੇਲੇ ਕਾਫੀ ਕਨੈਕਟਿਡ ਸੀ, ਮੈਂ ਫਾਊਂਡਰ ਮੈਂਬਰ ਸੀ ਆਪਣੇ ਨਿਸ਼ਕਾਮ ਸਿੱਖ ਵੈਲਫੇਅਰ 1984 ਸ਼ੁਰੂ ਕੀਤਾ ਸੀ ਜਦੋਂ ਜਿਨੋਸਾਈਡ ਦਿੱਲੀ 'ਚ ਹੋਈ ਅਤੇ ਵਿਡੋ ਕਲੋਨੀ 'ਚ ਵੀ ਵਰ ਰੀਅਲੀ ਹੈਲਪਿੰਗ ਔਰ ਹੁਣ ਹੀ ਖੈਰ ਔਰਗੇਨਾਈਜੇਸ਼ਨ ਡੂਇੰਗ ਫਾਈਨ। ਅਤੇ ਮੈਨੂੰ ਜਦੋਂ ਸਾਰਾ ਉਹਨਾਂ ਦੱਸਿਆ ਡਿਟੇਲ, ਉਸ ਵੇਲੇ ਜਿਹੜੀਆਂ ਸਾਡੀਆਂ ਓਵਰਆਲ ਅਕੈਡਮੀ ਸੀ ਕਾਫੀ ਘੱਟ ਸੀ, ਅਤੇ ਕਾਫੀ ਡਿਸਕਸ਼ਨ ਬਾਬਾ ਜੀ ਮੈਂ ਕਿਹਾ ਬਾਬਾ ਜੀ ਜੇ ਤੁਸੀਂ ਸਾਰੇ ਪਿੰਡ ਕਵਰ ਕਰਨਾ ਚਾਹੁੰਦੇ ਫਿਰ ਤਾਂ ਕਾਫੀ ਜ਼ਿਆਦਾ ਚਾਹੀਦੀਆਂ। ਮੈਨੂੰ ਅਜੇ ਤੱਕ ਯਾਦ, ਉਹਨੇ ਕਿਹਾ 500 ਲੌਂਗ ਟਰਮਸ ਅਸੀਂ ਚਾਹੁੰਦੇ ਹਾਂ, 500 ਅਕੈਡਮੀਜ਼ ਹੋਣ ਅਤੇ ਪੰਜਾਬ ਦੇ ਸਾਰੇ ਵਿਲੇਜ ਕਵਰ ਹੋ ਜਾਣਗੇ। ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਉਸ ਟਾਈਮ ਤੱਕ ਨਿਸ਼ਕਾਮ ਵੀ ਅਸੀਂ ਐਜੂਕੇਸ਼ਨ ਵਾਲੇ ਪਾਸੇ ਆ ਗਏ ਸੀ ਕਿ ਰਾਮ ਸਿਕਲੀਕਰ ਬੱਚਿਆਂ ਨੂੰ ਐਜੂਕੇਸ਼ਨ ਦਈਏ, ਅਤੇ ਬੜੂ ਸਾਹਿਬ ਨੇ ਐਜੂਕੇਸ਼ਨ ਦੀ ਗੱਲ ਕੀਤੀ ਤਾਂ ਮੈਨੂੰ ਦਿਲੋਂ ਮਤਲਬ ਬਹੁਤ ਅੱਛਾ ਲੱਗਾ ਕਿ ਦਿਸ ਇਜ਼ ਸਮਥਿੰਗ ਵੀ ਵਾਂਟ। ਅਸੀਂ ਅਗਰ ਪੰਜਾਬ ਨੂੰ ਅਸੀਂ ਸੁਧਾਰਨਾ ਹੈ, ਅਸੀਂ ਪੰਜਾਬ ਦੇ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ ਅਤੇ ਸਭ ਤੋਂ ਇੰਪੋਰਟੈਂਟ ਐਜੂਕੇਸ਼ਨ ਉਹਨਾਂ ਵਾਸਤੇ। ਉਸ ਤੋਂ ਬਾਅਦ ਅਸੀਂ ਬਾਬੇ ਨਾਲ ਜੁੜੇ ਅਤੇ ਇੰਨਾ ਪਿਆਰ ਬਾਬੇ ਨੇ ਸਾਨੂੰ ਦਿੱਤਾ ਨਾ ਚੀਜ਼ ਨੂੰ ਸਾਨੂੰ, ਅਤੇ ਸੱਚੀ ਗੱਲ ਸੀ ਵਰਥੀ ਸਾਡੀ ਇੰਨੀ ਨਹੀਂ ਜਿੰਨਾ ਬਾਬੇ ਨੇ ਸਾਨੂੰ ਪਿਆਰ ਦਿੱਤਾ, ਇੰਡੀਆ ਵੀ ਦਿੱਤਾ। ਅਤੇ ਮੈਂ ਜਦੋਂ ਕੁਲੈਕਸ਼ਨ ਕਰਨ ਜਾਂਦਾ ਸੀ ਮੈਨੂੰ ਕਈ ਕੁਐਸਚਨ ਕਰਦੇ ਸੀ, ਈਵਨ ਬੜੂ ਸਭ ਕਈ ਨੇ ਕੁਐਸਚਨ ਕੀਤੇ, ਇਹ ਤਾਂ ਨਿਸ਼ਕਾਮ ਦੇ ਫਾਊਂਡਰ ਮੈਂ ਵੀ ਇਹ ਕਿਸ ਤਰ੍ਹਾਂ ਜਾਣਗੇ। ਉਹ ਕਹਿੰਦੇ ਬਾਬਾ ਜੀ, ਕਹਿੰਦੇ ਇਹਨਾਂ ਨੂੰ ਪਤਾ ਹੈ, ਹੀ ਕੈਨ ਟੈਲ ਮੱਚ ਬੈਟਰ ਅਬਾਊਟ ਬੜੂ ਸਭ ਨਾਓ ਦੈਨ ਤੁਸੀਂ ਸੋਚਦੇ ਹੋ। ਅਤੇ ਮੈਨੂੰ ਕੋਈ ਰਿਜ਼ਰਵੇਸ਼ਨ ਨਹੀਂ ਸੀ ਕਿ ਨਿਸ਼ਕਾਮ ਵਾਸਤੇ ਕਿ ਵਾਈ ਵਾਈ ਕੈਨ ਆਈ ਡੂ ਕਲੈਕਸ਼ਨ ਫੋਰ ਬੜੂ ਸਾਹਿਬ, ਵਾਈ ਨਾਟ। ਅਤੇ ਰੈਗੂਲਰ ਅਸੀਂ ਜਾਂਦੇ ਸਵੇਰੇ ਜਦੋਂ ਸਮਾਗਮ ਹੋਣਾ, ਅਸੀਂ ਪੂਰਾ ਇੱਕ ਡੇਢ ਮਹੀਨਾ ਕਲੈਕਸ਼ਨ ਵਾਸਤੇ ਜਾਂਦੇ ਰਹੇ। ਅਤੇ ਅਸੀਂ ਇੰਨੇ ਕਮਿਟਿਡ ਹਾਂ, ਜਦੋਂ ਬਾਬਾ ਜੀ ਨੇ ਆਪਣੇ ਗੁਰੂ ਕਾਸ਼ੀ ਵਾਸਤੇ ਗੱਲ ਕੀਤੀ ਕਿ ਯੂਨੀਵਰਸਿਟੀ ਦੇ ਬਣਾਉਣੀ ਹੈ, ਬਹੁਤ ਵੱਡਾ ਪ੍ਰੋਜੈਕਟ ਹੈ, ਮੈਨੂੰ ਯਾਦ ਹੈ ਉਸ ਵੇਲੇ ਕਿਹਾ ਸੀ 500 ਕਰੋੜ ਦਾ ਪ੍ਰੋਜੈਕਟ, ਦੈਟਸ ਵਾਟ ਆਈ ਅੰਡਰਸਟੈਂਡ ਐਟ ਦੈਟ ਟਾਈਮ। ਦੇਖੋ ਬੜੂ ਸਾਹਿਬ ਤੋਂ ਜਿਹੜੇ ਬੱਚੇ ਪੜ੍ਹ ਕੇ ਨਿਕਲਦੇ ਨਾ, ਉਹਨਾਂ ਦੇ ਜੀਵਨ ਅਤੇ ਦੂਸਰੇ ਸਕੂਲ ਦੇ ਬੱਚਿਆਂ ਦੇ ਜੀਵਨ 'ਚ ਬਹੁਤ ਫਰਕ ਹੈ। ਉਹ ਬੱਚੇ ਬਾਹਰ ਇੱਕ ਰੋਸ਼ਨੀ ਲੈ ਕੇ ਆਉਂਦੇ, ਉਹਨਾਂ ਨੂੰ ਦੇਖ ਕੇ ਦੂਸਰੇ ਬੱਚਿਆਂ ਨੂੰ ਵੀ ਚਾਅ ਆਉਂਦਾ। ਫਿਰ ਉਸ ਤਰ੍ਹਾਂ ਦੇ ਸਕੂਲ ਅਗਰ ਉੱਥੇ ਪਿੰਡ ਪਿੰਡ ਬਣ ਜਾਣ, ਉੱਥੇ ਨਸ਼ੇ ਖਤਮ ਹੋ ਜਾਣ, ਅਤੇ ਉਹ ਬੱਚੇ ਗੁਰਸਿੱਖ ਸੰਤ ਬੱਚੇ ਵਕੀਲ ਡਾਕਟਰ ਇੰਜੀਨੀਅਰ ਬਣ ਇਸ ਤਰ੍ਹਾਂ ਬਣਨਗੇ, ਤਾਂ ਕਹਿੰਗੇ ਗੁਰਸਿੱਖ ਇੰਜੀਨੀਅਰ ਹੈ, ਗੁਰਸਿੱਖ ਸਿੱਖ ਹੈ। ਜਿਹੜਾ ਬੱਚਾ ਉੱਥੋਂ ਨਿਕਲ ਕੇ ਆਏਗਾ ਉਹ ਇੱਕ ਵੱਖਰੀ ਖੁਸ਼ਬੋ ਲੈ ਕੇ ਆਉਂਦਾ ਉਹ ਬੱਚੇ। ਇਹ ਬਹੁਤ ਇੰਪੋਰਟੈਂਟ ਹੈ ਕਿ ਆਪਣੀ ਕੌਮ ਨੂੰ ਉੱਚਾ ਕਰਨ ਵਾਸਤੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਉਹਨਾਂ ਨੂੰ ਦੋਨਾਂ ਤਰ੍ਹਾਂ ਦੀ ਐਜੂਕੇਸ਼ਨ ਚਾਹੀਦੀ ਹੈ, ਗੁਰਮਤਿ ਵੀ ਚਾਹੀਦੀ ਹੈ ਅਤੇ ਦੂਸਰੀ ਵੀ ਚਾਹੀਦੀ ਹੈ। ਉਹ ਬੜੂ ਸਾਹਿਬ ਤੋਂ ਹੀ ਹੋ ਸਕਦੀ ਹੈ। ਦਸਵੰਤ ਕੱਢਣ ਦੀ ਗੱਲ, ਅਸੀਂ ਕਹਿੰਦੇ ਹਾਂ 5000 ਡਾਲ ਦੇਣਾ ਜਾਂ 2000 ਦੇਣਾ, ਅਤੇ ਕਿੱਧਰੋਂ ਆਏਗਾ ਪੈਸਾ ਦਸਵੰਤ? ਮੇਰੇ ਜਿਸ ਤਰ੍ਹਾਂ ਅੱਗੇ ਦੱਸਿਆ 2 ਬੇਟੀਆਂ, ਜਿਹੜੀ ਬੇਟੀ ਬਾਣੀ ਜੀ ਦੇ ਘਰ ਤੁਸੀਂ ਇਸ ਵੇਲੇ ਹੋ ਅਲਮਨੀ 'ਚ, ਇਹਨਾਂ ਦੀ ਫੈਮਲੀ ਮੇਰੇ ਸਾਨੀਲਾ ਦੀ, ਇਹਨਾਂ ਦੀ ਫੈਮਲੀ ਦੇਵਰ ਕਮਿਟਿਡ, ਇਹਨਾਂ ਨੂੰ ਆਪ ਕਿਉਂਕਿ ਜਦ ਦੋਨਾਂ ਦੇ ਖਿਆਲ ਇੱਕ ਪਾਸੇ ਹੋਣਗੇ ਨਾ, ਅਸੀਂ ਦਸਵੰਧ ਕੱਢਦੇ ਹਾਂ ਅਤੇ ਨੈਚੁਰਲੀ ਫਿਰ ਤੁਸੀਂ ਰੁਕਾਵਟ ਨਹੀਂ ਕੋਈ ਬਣੇਗੀ, ਤੁਸੀਂ ਆਪਣੇ ਆਪ ਕੁਝ ਪਰਟੀਕੁਲਰ ਅਮਾਊਂਟ ਹਰ ਮਹੀਨੇ ਵਾਲਾ ਕਰੀ ਜਾਓਗੇ, ਸੋ ਦੇ ਆਰ ਡੂਇੰਗ ਇਟ। ਲੇਕਿਨ ਕੈਨੇਡਾ ਮੇਰੀ ਬੇਟੀ ਕਰਨਾ ਚਾਹੁੰਦੀ ਸੀ, ਪਰ ਮੇਰਾ ਸਨ ਲਵ ਵਾਜ਼ ਨਾਟ, ਉਹਨੂੰ ਲੱਗਦਾ ਸੀ ਕਿ ਪੈਸੇ ਕੱਢਾਂਗਾ ਜੀ, ਕੱਲ੍ਹ ਜੋਬ ਚਲੀ ਜਾਏਗੀ, ਇਹ ਪ੍ਰੋਬਲਮ ਆ ਜਾਏਗੀ, ਹਾਊ ਟੂ ਆਈ ਡੂ ਇਟ। ਅਤੇ ਬਾਬਾ ਜੀ ਨੇ ਇੱਕ ਮੈਸੇਜ ਦਿੱਤਾ ਸੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਐਕਸੈਪਟ ਕੀਤਾ, ਉਹ ਵਿਊਰ ਵਾਸਤੇ ਬੜੀ ਇੰਪੋਰਟੈਂਟ ਹੈ। ਬਾਬਾ ਜੀ ਨੇ ਉਹਨੂੰ ਕਿਹਾ ਸੀ, ਮੈਨੂੰ ਨਹੀਂ ਪਤਾ ਤੁਸੀਂ ਕੀ ਇਨਕਮ ਲਾ ਰਹੇ ਹੋ, ਵਾਹਿਗੁਰੂ ਜੀ ਤੁਸੀਂ ਚੰਗੇ ਸੈਟਲਡ ਹੋ, ਮੈਂ ਜ਼ਿਆਦਾ ਗੱਲ ਨਹੀਂ ਕਰਦਾ, ਤੁਸੀਂ $50 ਆਪਣੀ ਸੈਲਰੀ 'ਚੋਂ ਕੱਢ ਕੇ ਗੁਰੂ ਨਾਨਕ ਦੇ ਖਾਤੇ 'ਚ ਪਾਉਣੇ ਸ਼ੁਰੂ ਕਰੋ। ਉਹ ਕਹਿਣ ਲੱਗੇ, ਨਹੀਂ ਬੜੀ ਮੁਸ਼ਕਲ ਹੋ ਰਹੀ, ਅੱਜ ਕੰਪਨੀ ਲੇਆਫ ਕਰ ਰਹੀ ਹੈ। ਕਹਿੰਦੇ ਜਦੋਂ ਗੁਰੂ ਨਾਨਕ ਦਾ ਖਾਤਾ ਖੋਲ੍ਹੇਗਾ ਬਾਬਾ ਜੀ ਨੇ ਕਿਹਾ, ਅਤੇ ਜਦੋਂ ਲੇਆਫ ਹੋਏਗਾ ਗੁਰੂ ਨਾਨਕ ਆਪਣੇ ਖਾਤੇ 'ਚ ਕਮੀ ਆਉਣ ਦੇਗਾ, ਇੱਕ ਦਰਵਾਜ਼ਾ ਬੰਦ ਹੋਏਗਾ ਔਰ ਬੜੇ ਸਾਰੇ ਖੁੱਲ੍ਹ ਜਾਣਗੇ। ਔਰ ਇਟ ਰੀਅਲੀ ਹੈਪਨ ਫਿਊ ਈਅਰਸ ਆਫਟਰ ਦੈਟ। ਉਹਨਾਂ ਨੇ ਬਾਬਾ ਜੀ ਨੂੰ ਕਿਹਾ ਨਹੀਂ, ਕਮਰੇ ਵਾਸਤੇ ਉਹਨਾਂ ਨੇ ਕਿਹਾ ਸੀ, ਇਹਨਾਂ ਕਮਰੇ ਦੀ ਕੰਟਰੀਬਿਊਸ਼ਨ ਕੀਤੀ ਆਫਟਰ ਮਾਈ ਡਾਟਰ ਲਾਸਟ ਦਾ ਜੋਬ, ਇਟ ਵਾਜ਼ ਅ ਲੇ ਆਫ। ਉਹਨੂੰ ਇੰਨਾ ਕੌਨਫੀਡੈਂਸ ਸੀ, ਉਹਨੇ ਆ ਕੇ ਅਰਦਾਸ ਕੀਤੀ ਅਤੇ ਵਾਹਿਗੁਰੂ ਨੇ ਸੁਣੀ ਅਰਦਾਸ, ਉਹਦੇ ਜਿਹੜਾ ਪੈਕੇਜ ਮਿਲਿਆ ਸੀ, ਪੈਕੇਜ ਖਤਮ ਤੋਂ ਪਹਿਲੇ ਉਹਨੂੰ ਜੋਬ ਮਿਲ ਗਈ। ਰਾਧਾ ਨੂੰ ਜੋਬ ਪਹਿਲੇ ਦੂਰ ਮਿਲੀ, ਉਹ ਕਹਿੰਦੀ ਮੈਂ ਨੇੜੇ ਜੋਬ ਕਰਨੀ ਹੈ, ਵਿਦਇਨ ਫਿਊ ਡੇਜ਼ ਸ਼ੀ ਗਾਟ ਅ ਜੋਬ ਕਲੋਜ਼ ਟੂ ਹੋਮ। ਅਤੇ ਅਗਰ ਅਸੀਂ ਵਾਕਈ ਦਸਵੰਤ ਕੱਢਾਂਗੇ
ਅਤੇ ਗੁਰੂ ਨਾਨਕ ਕਦੀ ਆਪਣੇ ਖਾਤੇ 'ਚ ਕਮੀ ਨਹੀਂ ਆਉਣ ਦੇਗਾ ਅਤੇ ਮੈਨੂੰ ਫਖਰ ਹੈ, ਆਈ ਐਮ ਪ੍ਰਾਊਡ ਫਾਰ ਮਾਈ ਬੋਥ ਫੈਮਲੀਜ਼, ਮਾਈ ਬੋਥ ਡੋਟਰਸ ਐਂਡ ਦੇ ਫੈਮਲੀਜ਼, ਦੇ ਆਰ ਕਮਿਟਿਡ ਔਨ ਦਿਸ ਸਾਈਡ, ਦੇ ਆਰ ਕਮਿਟਿਡ ਟੂ ਚੈਰਿਟੀ, ਦਸਵੰਦ ਕੱਢਦੇ ਹਨ ਔਰ ਫਿਰ ਬੜੂ ਸਾਹਿਬ ਦੀ ਸੰਸਥਾ ਨੂੰ ਜਿਹੜੀ ਅਕੈਡਮੀ ਸੰਸਥਾ ਸਪੋਰਟ ਕਰਦੇ ਹਨ। ਆਮ ਰੀਅਲੀ ਥੈਂਕਫੁੱਲ ਟੂ ਦੈਮ ਐਂਡ ਥੈਂਕਫੁੱਲ ਟੂ ਬਾਬਾ ਜੀ ਜਿਹਨਾਂ ਨੇ ਉਹਨਾਂ ਦੇ ਅੰਦਰ ਇਹ ਜਾਗਰਤੀ ਕੀਤੀ ਹੈ ਕਿ ਆਈ ਮੀਨ ਦਿਸ ਇਜ਼ ਵੇਅਰ ਦੇ ਸ਼ੁੱਡ ਕਮਿਟ। ਬਾਣੀ ਤੇ ਅੰਮ੍ਰਿਤ ਸਿੰਘ ਜੋ ਬੜੂ ਸਾਹਿਬ ਸੰਸਥਾ ਨਾਲ ਪੁਰਾਣੇ ਜੁੜੇ ਹੋਏ ਨੇ, ਉਹ ਕਾਫੀ ਲੰਬੇ ਸਮੇਂ ਤੋਂ ਬੱਚਿਆਂ ਨੂੰ ਭਾਸ਼ਾ, ਬਾਣੀ ਤੇ ਬਾਣੇ ਨਾਲ ਜੋੜਨ ਲਈ ਕਾਰਜ ਕਰ ਰਹੇ ਨੇ। ਆਓ ਜਾਣਦੇ ਹਾਂ ਉਹਨਾਂ ਦੇ ਇਸ ਉਪਰਾਲੇ ਬਾਰੇ ਉਹਨਾਂ ਦੀ ਹੀ ਜ਼ੁਬਾਨੀ। ਆਈ ਥਿੰਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇੱਕ ਤਾਂ ਅਸੀਂ ਬੱਚਿਆਂ ਨੂੰ ਇਸ ਲਈ ਵੀ ਜੋੜਦੇ ਹਾਂ, ਘਰ ਘਰ ਅੰਦਰ ਧਰਮਸਾਲ ਬੱਚੇ ਕੀਰਤਨ ਕਰਨਗੇ ਤਾਂ ਹੀ ਬਾਣੀ ਨਾਲ ਜੁੜਨਗੇ। ਅਤੇ ਪੰਜਾਬੀ ਸਭ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਬਹੁਤ ਕੋਸ਼ਿਸ਼ ਕਰ ਰਹੇ ਹਾਂ ਅਤੇ ਸਿਖਾਉਣੀ। ਮੈਂ ਹੁਣ 14 ਸਾਲ ਹੋ ਗਏ ਪੰਜਾਬੀ ਸਿਖਾਉਂਦੇ ਇੱਥੇ ਬੱਚਿਆਂ ਨੂੰ, ਅਤੇ ਮਹਾਰਾਜ ਮੇਰੀ ਕਿਰਪਾ ਨਾਲ ਹੈ ਸੇਵਾ ਲਗਾਈ ਰੱਖਣ। ਹੁਣ ਮੈਂ ਘੱਟ ਬੱਚੇ ਪੜ੍ਹਾਉਂਦੀ, ਪਹਿਲਾਂ ਤਾਂ 30-40 ਬੱਚੇ ਇਕੱਠੇ ਪੜ੍ਹਾ ਦਿੰਦੇ ਸੀ, ਹੁਣ ਮੈਂ ਥੋੜ੍ਹੇ ਥੋੜ੍ਹੇ ਕਰਕੇ ਬੱਚੇ ਤਿਆਰ ਕਰ ਰਹੀ ਹਾਂ ਇੰਡੀਵਿਜੁਅਲ, ਇੱਕ ਬੱਚਾ ਕੁਛ ਮਹੀਨਿਆਂ 'ਚ ਪੂਰਾ ਤਿਆਰ, ਤਾਂ ਕਿ ਉਹ ਬੱਚੇ ਅੱਗੇ ਨਾਲ ਹੀ ਉਹ ਬੱਚੇ ਪਾਠ ਕਰ ਰਹੇ ਨੇ, ਨਾਲ ਹੀ ਉਹ ਬੱਚੇ ਜਿਹੜੇ ਨੇ ਸ਼ਬਦ ਵਿਆਖਿਆ ਕਰਕੇ ਸ਼ਬਦ ਸਿੱਖ ਰਹੇ ਨੇ ਅਤੇ ਕੀਰਤਨ ਨਾਲ ਅੱਗੇ ਵੱਧ ਰਹੇ ਨੇ, ਤਾਂ ਕਿ ਇੱਕ ਸਾਲ 'ਚ ਉਹ ਬੱਚਾ ਪੂਰਾ ਥੋੜ੍ਹਾ ਜਿਹਾ ਨਿਤਨੇਮ ਜਿੰਨਾ ਕੁ ਜਪਜੀ ਸਾਹਿਬ, ਰੜਾਸ ਸਾਹਿਬ, ਕੀਰਤਨ ਸੋਹਿਲਾ, ਪੰਜਾਬੀ ਸਿੱਖ ਲੈ, ਉਹਨਾਂ ਕੋ ਅਸੀਂ ਬੱਚੇ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਗੇ ਬੱਚੇ ਅਸੀਂ ਦੇਖਿਆ ਇੰਨਾ ਕੁ ਸਿੱਖ ਲੈਂਦੇ ਨੇ, ਪੰਜਾਬੀ ਨਾਲ ਜੁੜ ਜਾਂਦੇ ਨੇ, ਜੇ ਗੁਰਮੁਖੀ ਨਾਲ ਜੁੜ ਗਏ ਤਾਂ ਗੁਰਸਿੱਖ ਜੀਵਨ ਨਾਲ ਜੁੜ ਗਏ, ਸਾਨੂੰ ਇਹ ਲੱਗਦਾ। ਅਤੇ ਨਾਲ ਅਸੀਂ ਬੱਚਿਆਂ ਨੂੰ ਗੁਰਸਿੱਖੀ ਵੀ ਸਿਖਾ ਰਹੇ ਹਾਂ, ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਬੇਸਿਕ ਸਿੱਖ ਪ੍ਰਿੰਸੀਪਲਸ ਕੀ ਨੇ। ਅਸੀਂ ਗੁਰਦੁਆਰੇ ਬੱਚਿਆਂ 'ਚ ਤਿਆਰ ਕਰ ਰਹੇ ਹਾਂ ਕਿ ਬੱਚੇ ਹੁਣ ਛੋਟੇ ਹੀ ਕਿੰਡਰਗਾਰਡਨ ਤੋਂ ਲੈ ਕੇ ਫਸਟ ਗ੍ਰੇਡ ਤੋਂ ਲੈ ਕੇ ਉਹਨਾਂ ਨੂੰ ਕੋਈ ਪੁੱਛੇ ਵਾਟ ਇਜ਼ ਸਿੱਖਿਜ਼ਮ, ਦੇ ਨੀਡ ਟੂ ਹੈਵ ਦਿਸ ਐਲੀਵੇਟਰ ਪਿੱਚ, ਕਹਿੰਦੇ ਅਸੀਂ ਉਹਨੂੰ ਸਿੱਖਿਜ਼ਮ ਐਲੀਵੇਟਰ ਪਿੱਚ, ਉਹਨਾਂ ਕੋਲ 10 ਸੈਕਿੰਡ ਦੀ ਤਿਆਰ ਹੋਣੀ ਚਾਹੀਦੀ ਕਿ ਸਿੱਖਿਜ਼ਮ ਕੀ ਹੈ। ਸੋ ਐਂਡ ਵੀ ਆਰ ਪ੍ਰਿਪੇਅਰਿੰਗ ਦਮ, ਵੀ ਆਸਕ ਦਮ ਕੁਐਸਚਨ, ਵਾਈ ਯੂ ਵੇਅਰਿੰਗ ਕੜਾ, ਵਾਈ ਯੂ ਵੇਅਰਿੰਗ ਟਰਬਨ, ਵਾਈ ਯੂ ਵੇਅਰਿੰਗ ਪਟਕਾ, ਵਾਈ ਯੂ ਹੇਅਰ ਇਜ਼ ਲੌਂਗ, ਵਾਈ ਯੂ ਵੇਅਰਿੰਗ ਕਿਰਪਾਨ, ਇਹੋ ਜਿਹੇ ਕੁਐਸਚਨਸ ਦੇ ਆਨਸਰ ਛੋਟੇ ਛੋਟੇ ਬੱਚਿਆਂ ਨੂੰ ਆਉਣੇ ਚਾਹੀਦੇ ਨੇ। ਇਸ ਲਈ ਬਹੁਤ ਜ਼ਿਆਦਾ ਟਾਈਮ ਲੈ ਲਿਆ ਮੈਂ, ਬਟ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਜਿਹੜੇ ਨੇ ਬਾਣੇ ਨਾਲ ਜੁੜਨ ਤਾਂ ਹੀ ਅੱਗੇ ਵਧਣਗੇ, ਕਿਉਂਕਿ ਜੇ ਪ੍ਰੋਫੈਸ਼ਨਲ ਬਣਨਾ ਤਾਂ ਗੁਰਮੁਖ ਪ੍ਰੋਫੈਸ਼ਨਲ ਬਣਨਾ ਅਤੇ ਗੁਰਸਿੱਖ ਪ੍ਰੋਫੈਸ਼ਨਲ ਬਣਨਾ। ਇਹ ਕਹਾਂਗਾ ਕਿ ਬਹੁਤ ਜ਼ਰੂਰੀ ਹੈ, ਜਿਹੜਾ ਸਾਡਾ ਸਿੱਖੀ ਸਰੂਪ ਹੈ, ਜਿਹੜੀ ਆਈਡੈਂਟੀ ਹੈ, ਵੈਨ ਵੀ ਗੋ ਆਊਟ ਸਾਰੇ ਪੁੱਛਦੇ ਨੇ ਕਿ ਇਹ ਕਿਉਂ ਆਈਡੈਂਟੀ ਹੈ ਤੁਹਾਡੀ, ਅਤੇ ਉਹ ਬੱਚੇ ਨੂੰ ਬਚਪਨ ਤੋਂ ਹੀ ਸਟਰੋਂਗ ਹੋਣਾ ਚਾਹੀਦਾ ਕਿ ਕਿਉਂ ਹੈਗੇ ਹਾਂ ਅਸੀਂ ਸਿੱਖ। ਅਸੀਂ ਦੇਖਿਆ ਹੈਗਾ ਕਿ ਮਾਂ ਪਿਓ ਸਿੱਖ ਹੁੰਦੇ ਨੇ ਪਰ ਬੱਚਿਆਂ ਦੇ ਵਾਲ ਕੱਟ ਦਿੰਦੇ ਨੇ, ਕਿਉਂ ਉਹ ਮਾਂ ਪਿਓ ਆਪ ਅਟੈਚ ਨਹੀਂ ਹੋਏ ਸਿੱਖੀ ਦੇ ਨਾਲ। ਜਿਵੇਂ ਬਾਣੀ ਦੱਸ ਰਹੀ ਹੈ, ਅਸੀਂ ਖਾਲਸਾ ਸਕੂਲ 'ਚ ਪੜ੍ਹੇ ਹਾਂ ਦਿੱਲੀ 'ਚ, ਪਰ ਜਦ ਮੈਂ ਇੱਥੇ ਕਾਲਜ ਗਿਆ ਹੈਗਾ ਮੈਂ ਇਕੱਲਾ ਸਿੱਖ ਸੀਗਾ ਪੂਰੇ ਕਾਲਜ 'ਚ, ਅਤੇ ਲੋਕ ਪੁੱਛਦੇ ਸੀਗੇ ਮੈਨੂੰ ਆਪ ਆਨਸਰ ਨਹੀਂ ਸੀਗੇ ਕਿ ਕਿਉਂ ਹੈਗਾ ਹੈ। ਅਤੇ ਜੋ ਵੀ ਥੋੜ੍ਹਾ ਬਹੁਤ ਪੜ੍ਹ ਕੇ ਉਸ ਟਾਈਮ ਮੇਰੇ ਦਾਦਾ ਜੀ ਬਹੁਤ ਸਿੱਖੀ ਨਾਲ ਅਟੈਚ, ਉਹਨਾਂ ਨੇ ਬਹੁਤ ਗੁਰਬਾਣੀ ਪੜ੍ਹੀ ਹੈ, ਅਤੇ ਮੈਂ ਪੁੱਛਦਾ ਸੀਗਾ ਅਤੇ ਮੈਂ ਬਹੁਤ ਐਜੂਕੇਟ ਹੋਇਆ ਉਹਨਾਂ ਤੋਂ, ਪਲੱਸ ਜਾ ਕੇ ਸੁਣਨਾ ਗੁਰਦੁਆਰਿਆਂ 'ਚ ਬਹਿ ਕੇ, ਕਿਉਂਕਿ ਉਹ ਮੈਨੂੰ ਫੋਰਸ ਕਰਦੇ ਸੀ ਗੁਰਦੁਆਰੇ ਜਾਓ, ਤੁਸੀਂ ਜਾਣਾ ਗੁਰਦੁਆਰੇ। ਇੱਕ ਗੱਲ ਤੁਸੀਂ ਦੇਖੋ, ਅੱਜ ਅਸੀਂ ਬੱਚੇ ਜਾਂਦੇ ਨੇ ਗੁਰਦੁਆਰੇ, ਉਹ ਆਪ ਖੇਡਦੇ ਰਹਿੰਦੇ ਨੇ, ਉਹਨਾਂ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਗੁਰਦੁਆਰੇ ਦੇ, ਆ ਜਸਟ ਦੇ ਟੂ ਸੋਸ਼ਲਾਈਜ਼। ਬਹੁਤ ਚੰਗੀ ਗੱਲ ਹੈ, ਬੱਚਿਆਂ ਨੂੰ ਹੋਣਾ ਚਾਹੀਦਾ, ਪਰ ਐਟ ਦ ਸੇਮ ਟੋਕਨ ਜਿਹੜੀ ਤੁਸੀਂ ਆਪਣੀ ਲਰਨਿੰਗ ਲੈ ਕੇ ਜਾ ਰਹੇ ਹੋ ਨਾ ਗੁਰਦੁਆਰੇ ਤੋਂ, ਦੇ ਆਰ ਸਟਿੱਕ ਵਿਦ ਯੂ। ਉਹਨਾਂ ਦੀ ਏਜ ਇਹੋ ਜਿਹੀ ਹੈਗੀ ਹੈ ਕਿ ਜੋ ਇੱਕ ਵਾਰੀ ਉਹ ਸਿੱਖ ਗਿਆ ਨਾ, ਉਹਨਾਂ ਦਿਮਾਗ 'ਚ ਆ ਗਿਆ, ਉਹ ਕਿੱਥੇ ਨਹੀਂ ਜਾਂਦਾ। ਪਰ ਉਹ ਗੱਲਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਪੰਜਾਬੀ ਜੇ ਨਹੀਂ ਆਉਂਦੀ ਨਾ ਗੁਰਦੁਆਰੇ, ਉਹਨਾਂ ਨੂੰ ਕੁਛ ਸਮਝ ਨਹੀਂ ਆਇਆ ਕੀ ਕਹਿ ਰਹੇ ਨੇ ਉੱਥੇ ਬੈਠੇ ਸਟੇਜ 'ਤੇ। ਅਤੇ ਅੱਜ ਕੱਲ੍ਹ ਕੀ ਹੈ ਕਿ ਅਸੀਂ ਵਾਲ ਦੇ ਉੱਤੇ ਟਰਾਂਸਲੇਟ ਕੀਤਾ ਹੁੰਦਾ ਕਿ ਗੁਰਬਾਣੀ ਕੀ ਹੋ ਰਹੀ ਹੈ। ਤੁਸੀਂ ਇਹ ਸੋਚੋ ਕਿ 4, 5, 6, or 10 years ਦਾ ਵੀ ਬੱਚਾ ਉਹ ਪੜ੍ਹ ਨਹੀਂ ਸਕਦਾ, ਦੇ ਕੈਨ ਨਾਟ ਮੇਕ ਆਊਟ ਦੈਟ ਵਰਡ ਕੀ ਮਤਲਬ ਹੈ ਉਹਦਾ, ਅਤੇ ਉਹਨਾਂ ਦਾ ਇੰਟਰਸਟ ਸਟਾਰਟਿੰਗ ਤੋਂ ਹੀ ਲੂਜ਼ ਹੋ ਰਿਹਾ। ਅਤੇ ਇਹ ਪੇਰੈਂਟਸ ਨੂੰ ਚਾਹੀਦਾ ਕਿ ਉਹ ਅੱਜ ਚਾਹੁੰਦੇ ਨੇ ਕਿ ਉਹਨਾਂ ਦੀ ਬੱਚੀ ਦਾ, ਉਹਨਾਂ ਦੀ ਨੈਕਸਟ ਜਨਰੇਸ਼ਨ ਸਿੱਖੀ ਨਾਲ ਅਟੈਚ ਰਹੇ, ਅਤੇ ਉਹਨਾਂ ਨੂੰ ਇਹ ਐਫਰਟ ਕਰਨਾ ਪਏਗਾ ਕਿ ਸਾਡੇ ਬੱਚੇ ਸਿੱਖਣ, ਉਹਨਾਂ ਨੂੰ ਸਮਝ ਆਏ ਕਿ ਕੀ ਹੋਏਗਾ। ਕਿ ਯੂ ਵਿਲ ਸੀ US ਦੇ ਅੰਦਰ ਹੁਣ ਆਈਡੈਂਟੀ ਹੈ ਸਿੱਖ ਦੀ, ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਲੋਕ ਜਾਣਦੇ ਨੇ ਕਿ ਇਹ ਸਿੱਖ ਹੈ। 9/11 ਤੋਂ ਬਾਅਦ ਲੋਕਾਂ ਲੱਗਦਾ ਸੀ ਇਹ ਮੁਸਲਿਮ ਹੈ, ਇਹਨੇ ਪਗੜੀ ਪਾਈ ਹੈ, ਇਹਦੀ ਦਾੜੀ ਹੈ, ਇਹ ਮੁਸਲਿਮ ਹੈ। ਪਰ ਉਹ ਕਹਿੰਦੇ ਕਿ ਭਾਵੇਂ ਸਿੱਖਾਂ ਲਈ ਇਟ ਵਾਸ ਟੋਰਚਰਸ, ਕਈਆਂ ਨੂੰ ਬਹੁਤ ਸਿਆਣਾ ਪਿਆ ਉਹਦੇ ਕਰਕੇ, ਪਰ ਇਹ ਹੁੰਦਾ ਕਿ ਵਾਹਿਗੁਰੂ ਨੇ ਇਹ ਕਿਹਾ ਕਿ ਜਾਗੋ,
ਜਾਗੋ ਤੇ ਸਿੱਖੋ, ਆਪਣੇ ਆਪ ਨੂੰ ਬਾਹਰ ਕੱਢੋ। ਫਾਰ ਮੀ ਆਈ ਥਿੰਕ ਦੇਰ ਇਜ਼ ਅ ਲੋਟ ਆਫ ਪਾਰਟਸ ਆਫ ਸਿੱਖੀ ਦੈਟ ਹੈਲਪ ਮੀ ਟੂ ਇਨ ਐਵਰੀਡੇ ਲਾਈਫ ਇਨ ਮਾਈ ਐਵਰੀਡੇ ਆਫ ਲਾਈਫ ਸਿੱਖੀ ਹੈਲਪਸ ਮੀ ਆਫ ਸਿੱਖੀ ਟੀਚਸ ਅਸ ਟੂ ਬੀ ਐਕਸੈਪਟਿੰਗ ਆਫ ਐਵਰੀਬਡੀ ਨੋ ਮੈਟਰ ਹੂ ਦੇ ਆਰ ਵਟ ਦੇ ਲੁੱਕ ਲਾਈਕ ਵਟ ਰਿਲੀਜਨ ਔਰ ਰੇਸ ਦੇ ਆਰ ਫਰੋਮ ਐਂਡ Sikhi has helped me to understand that more than I would have if I wasn't in Sikhi. Kirtan is one of the ways that I feel I'm really connected to Vaheguru. Even when I'm not feeling well, or if I'm feeling like, oh, you know, I don't really feel that great today, why is this happening in my life? Kirtan is something that will always connect me. Sometimes with Bhat, I'm like, yeah, it's Bhat, I have to do it. But Kirtan, the music, the raga, everything in Kirtan helps me to connect better to Babaji, and it helps me to get through hardships in life that we may struggle with. If we're having a bad day or something went wrong with a friend, then Vaheguru and Gurbani helps me to raise my spirits and be in Chardikla. Sanu hamesha to hai ki apna pichhor sawarna hai piche assi te oh thinking jehdi hai itthe har kise de mann vich hai ਇੱਥੇ ਕੋਈ ਨਾ ਕੋਈ ਚੈਰਿਟੀਜ਼ ਨਾਲ ਲੋਕ ਜੁੜੇ ਹੋਏ ਨੇ ਜਿਹੜੇ ਪਿੱਛੇ ਆਪਣਾ ਪਿੰਡ ਸਵਾਰ ਰਹੇ ਨੇ। ਕਈ ਲੋਕ, ਕਾਫੀ ਲੋਕ ਇੱਥੋਂ ਪਿੱਛੇ ਪਿੰਡਾਂ ਤੋਂ ਨੇ ਜਿਹੜੇ ਆਪਣਾ ਪਿੱਛੋਂ ਪਿੰਡ ਸਵਾਰ ਰਹੇ ਨੇ, ਬੜੀਆਂ ਉੱਥੇ ਇਨਵੈਸਟਮੈਂਟਸ ਕਰ ਰਹੇ ਨੇ। ਸੋ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਮੈਂ ਇੱਕ ਗੱਲ ਹੋਰ ਕਹਾਂਗੀ ਜੋ ਇੰਨੇ ਸਿੱਖੀ ਨਾਲ ਜੁੜਨ ਬਾਰੇ ਕਹੀ ਹੈ, ਜੋ ਮੈਂ ਅਸੀਂ ਓਪਨ ਹਾਊਸ ਕੀਤਾ ਸੀ ਹੁਣੇ ਗੁਰੂ ਨਾਨਕ ਦੇਵ ਜੀ ਦੇ 550th ਗੁਰਪੁਰਬ 'ਤੇ, ਅਤੇ ਅਸੀਂ ਸਾਰੇ ਮੋਸਕ, ਚਰਚ, ਸਿਨੇਗੋਗਸ ਹਰ ਜਗ੍ਹਾ ਤੋਂ ਲੋਕ ਇਨਵਾਈਟ ਕੀਤੇ ਸੀ। ਇੰਨੇ ਆਪਣੇ ਸਕੂਲ ਤੋਂ ਕੈਥਲਿਕ ਸਕੂਲ ਪੜ੍ਹਦੀ ਹੈ ਕਿਉਂਕਿ ਇੱਥੇ ਖਾਲਸਾ ਸਕੂਲ ਹੈ ਨਹੀਂ, ਅਤੇ ਇਹ ਪਬਲਿਕ ਸਕੂਲ ਵਿੱਚ ਥੋੜ੍ਹਾ ਮੁਸ਼ਕਿਲ ਹੋ ਰਿਹਾ ਸੀ, ਅਸੀਂ ਕੈਥਲਿਕ ਸਕੂਲ ਪਾਤਾ। ਇਹਨੇ ਕੈਥਲਿਕ ਸਕੂਲ ਵਿੱਚ ਸਭ ਨੂੰ ਸਿੱਖੀ ਸਿਖਾਤੀ ਹੈ, ਇੰਨਾ ਜ਼ਿਆਦਾ ਪ੍ਰਚਾਰ ਕੀਤਾ ਅਤੇ ਇਹਨੇ ਆਪਣੇ ਕੈਥਲਿਕ ਸਕੂਲ ਤੋਂ ਬੱਚੇ, ਪੇਰੈਂਟਸ, ਟੀਚਰ ਸਭ ਬੁਲਾਏ ਸੀਗੇ ਉੱਥੇ ਸੰਗਤ ਵਿੱਚੋਂ, ਮਤਲਬ ਪ੍ਰੋਮੀਨੈਂਟਲੀ ਸੰਗਤ ਲਈ ਸੀ, ਮਹਿਰ ਦੇ ਸਕੂਲੋਂ ਆਈ ਹੈ। ਸੋ ਇੱਕ ਇਹ ਚੀਜ਼ ਜਿਹੜੀ ਬੱਚਿਆਂ ਨੂੰ ਹੈ ਨਾ ਉਤਸਾਹ ਸ਼ੇਅਰ ਕਰਨ ਦਾ, ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਵੀ ਅਸੀਂ ਪਿੱਛੋਂ ਬੱਚਿਆਂ ਨੂੰ, ਹੁਣ ਇਹ ਤਾਂ ਪੰਜਾਬ ਇਹਨਾਂ ਨੇ ਤਾਂ ਦੇਖਿਆ ਨਹੀਂ, ਮਹਿਰ ਤਾਂ ਇੱਕ ਵਾਰੀ 2 ਸਾਲ ਦੀ ਸੀ, ਇੰਡੀਆ ਗਈ, ਉਹਨੇ ਤਾਂ ਪੰਜਾਬ ਦੇਖਿਆ ਨਹੀਂ, ਪਰ ਹੁਣੇ ਤੋਂ ਇਹਨੂੰ ਅੰਦਰੋਂ ਪੀੜ ਹੈ। ਬਾਬਾ ਜੀ ਪਹਿਲਾਂ ਵੀ ਆਏ ਸੀ ਜਦੋਂ ਇਕਬਾਲ ਸਿੰਘ ਜੀ, ਤਾਂ ਵੀ ਇਹਨੇ ਕਿਹਾ ਸੀਗਾ ਇਹਨੂੰ ਅਸੀਂ ਪੋਕਿਟ ਮਨੀ ਨਹੀਂ ਦਿੰਦੇ, ਕੋਈ ਸਗਨ ਦੇ ਗਿਆ ਕਦੇ ਇਹਦੇ ਕੋਲ ਪੈਸੇ ਹੁੰਦੇ, ਮੈਂ ਬਾਬਾ ਜੀ ਨੂੰ ਪੈਸੇ ਦੇਣੇ ਨੇ ਉੱਥੇ ਕੋਈ ਬੱਚਾ ਪੜ੍ਹ ਸਕੇਗਾ ਇਹਦੇ ਨਾਲ। ਇਹ ਅੰਦਰੋਂ ਪੀੜ ਕਿਸ ਲਈ ਆਈ ਕਿ ਸਿੱਖੀ ਨਾਲ ਜੋੜਿਆ ਅਤੇ ਪਿੱਛੋਂ ਆਪਣੇ ਪਿਛੋੜ ਨਾਲ ਜੁੜੇ। ਸੋ ਆਈ ਥਿੰਕ ਇੱਥੇ ਸਾਰਿਆਂ ਨੂੰ, ਸਾਨੂੰ ਬਹੁਤ ਅੱਛਾ ਲੱਗਿਆ ਡਾਕਟਰ ਸਾਹਿਬ ਆਏ, ਮੁਕਤਾ ਦੀਦੀ ਆਏ, ਸੋ ਤੁਸੀਂ ਸਾਰੇ ਆਏ, ਸਾਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਇਹਦੇ ਨਾਲ ਇੱਕ ਯੂ ਨੋ ਇਟ ਕਾਇੰਡ ਆਫ ਰੀਇਨਫੋਰਸਸ ਪੀਪਲ ਦੈਟ ਯੈਸ ਦਿਸ ਇਜ਼ ਸਮਥਿੰਗ ਵੀ ਹੈਵ ਟੂ ਕੰਟੀਨਿਊ ਡੂਇੰਗ, ਦਿਸ ਇਜ਼ ਨੋਟ ਸਮਥਿੰਗ ਕਿ ਚਲੋ ਸੰਬੜੀ ਕੇਮ ਉਸ ਟਾਈਮ ਇਕੱਠਾ ਕੀਤਾ ਫਿਰ ਭੁੱਲ ਗਏ। ਸੋ ਦਿਸ ਇਜ਼ ਸਮਥਿੰਗ ਵੀ ਹੈਵ ਟੂ ਕੰਟੀਨਿਊ ਡੂਇੰਗ, ਸੋ ਵੈਨ ਯੂ ਗਾਈਜ਼ ਕਮ ਇਟਸ ਲਾਈਕ ਅ ਰੀਇਨਫੋਰਸਮੈਂਟ, ਪੀਪਲ ਰਿਮੈਂਬਰ ਕਿ ਅਸੀਂ ਕਰਨਾ ਹੈ। ਸੋ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਬੀਂਗ ਅ ਸਮਾਲ ਕਮਿਊਨਿਟੀ ਵੀ ਆਰ ਵੈਲ ਨੇਮ। ਤੁਸੀਂ ਦੇਖਿਆ ਸੰਗਤ ਯੂਜੂਅਲੀ ਤੁਸੀਂ ਜਾਓ ਤੇ it's shame or whatever you want to call it, it's Christmas Eve, people have to go to parties and everything else, so they are not available, but they came at a short notice, everybody came, they wanted to come just to see and meet Dr. Saab and just to see the Sangat, they came to do with us. Being in Albany, I think that also gives us a little bit of a comfort level, as in we are not running all the time like in a city life, you're always in that fast pace. I worked in New York City for 10 years, so I understand where it comes from. Having that slow-paced life helps us devote more time towards our family, towards what we really want to do accomplish, not just earn money. Kyunki gurbani sikhi e kehndi ki paisa kamao us vich kuch nahi hai, apni kirat karo par dooje passe vi kamao jehda tuhade naal jaana hai, te oh bahut zaruri hai, and this staying in Albany is giving us that opportunity to do. Eh nahi ki adhi dooji jagah vi ho sakda, but it's hard to take out that time because you're always running. So I think we feel blessed that we are here, and Dr. Saab is able to come. Obviously, being a small town, not everybody wants to come to Albany because Sangat is so small in numbers. So we are blessed that he came, and every time Babaji comes, it's just like heart opens up. It's such a blessing that he's been to this house a couple of times. This program da sara aura nek niyat te seva bhav naal ot pot si. ਜਿੱਥੇ ਮਹਿਮਾਨ ਵਜੋਂ ਪਹੁੰਚੇ ਸਨ ਡਾਕਟਰ ਦਵਿੰਦਰ ਸਿੰਘ ਅਤੇ ਮੇਜ਼ਬਾਨੀ ਕਰ ਰਹੇ ਸਨ ਬਾਣੀ ਤੇ ਅੰਮ੍ਰਿਤ ਸਿੰਘ, ਜਿਨ੍ਹਾਂ ਦਾ ਉਦੇਸ਼ ਸਾਂਝਾ ਸੀ ਸਿੱਖੀ ਤੇ ਸਿੱਖਿਆ ਦੇ ਪਸਾਰੇ ਲਈ ਸੰਗਤ ਨੂੰ ਕਲਗੀਧਰ ਟਰੱਸਟ ਪੜੋ ਸਾਹਿਬ ਨਾਲ ਜੋੜਨਾ।